ਸੋ ਆਸਟ੍ਰੇਲੀਆ ਨੂੰ ਲੈ ਕੇ ਬਹੁਤ ਸਾਰੇ ਸਵਾਗ ਸਟੂਡੈਂਟਸ ਦੇ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਜਿਨ੍ਹਾਂ ਨੂੰ ਰਿਫਿਊਜ਼ਲ ਫੇਸ ਕਰਨੀ ਪੈ ਗਈ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਆਸਟ੍ਰੇਲੀਆ ਤੋਂ ਰਿਫਿਊਜ਼ਲ ਮਿਲ ਜਾਏ ਤਾਂ ਉਸ ਤੋਂ ਬਾਅਦ ਅਸੀਂ ਰੀ ਅਪਲਾਈ ਕਰਕੇ ਦੁਬਾਰਾ ਉੱਥੇ ਚਾਂਸਸ ਇਹਨੇ ਨਜ਼ਰ ਨਹੀਂ ਆਉਂਦੇ ਕਿ ਦੁਬਾਰਾ ਸਾਨੂੰ ਆਸਟ੍ਰੇਲੀਆ ਸੀ ਅਪਲਾਈ ਕਰੀਏ ਤੇ ਵੀਜ਼ਾ ਲੱਗ ਜਾਏਗਾ ਤਾਂ ਫਿਰ ਇਜ਼ ਅ ਹੋਰ ਵਧੀਆ ਰਸਤਾ ਜੈਨੂਨ ਰਸਤਾ ਕੀ ਹੈ ਜ ਉਸੇ ਤੋਂ ਉੱਪਰ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹੜੇ ਸਟੂਡੈਂਟਸ ਕਿਸੇ ਵੀ ਕਾਰਨ ਕਰਕੇ ਅਗਰ ਤੁਹਾਡੀ ਰਿਫਿਊਜ਼ਲ ਆ ਗਈ ਹੈ ਕਿ ਤੁਹਾਡਾ ਦੁਬਾਰਾ ਕਿਸੇ ਪਾਥਵੇ ਗਿਆ ਜਾਣ ਦਾ ਰਸਤਾ ਖੁੱਲ ਸਕਦਾ ਹੈ ਅੱਜ ਤੁਸੀਂ ਇਹ ਵੀਡੀਓ ਵੇਖ ਕੇ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਿਓ ਕਿ ਤੁਹਾਡੀ ਕੀ ਪ੍ਰੋਫਾਈਲ ਉਸ ਵਿੱਚ ਸਹੀ ਠੁਕਦੀ ਹੈ ਤੁਹਾਡਾ ਜੋ ਹੈ ਅੱਗੋ ਜਾਣ ਦਾ ਜੋ ਸੁਪਨਾ ਹੈ ਆਸਟ੍ਰੇਲੀਆ ਕੀ ਕਿਸੇ ਹੋਰ ਰਸਤੇ ਥਰੂ ਪੂਰਾ ਹੋ ਸਕਦਾ ਹੈ ਸੋ ਬਹੁਤ ਗੌਰ ਨਾਲ ਸਾਰੇ ਸਟੂਡੈਂਟਸ ਅੱਜ ਦੀ ਵੀਡੀਓ ਵੇਖਣ ਅਤੇ ਸੁਣਨ ਤੇ ਕੋਸ਼ਿਸ਼ ਕਰੋ ਹੋਰ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਜਿਨ੍ਹਾਂ ਨੂੰ ਇਨ ਕੇਸ ਕਿਤੇ ਵੀ ਰਿਫਿਊਜ਼ਲ ਫੇਸ ਕਰਨੀ ਪੈ ਚੁਕੀ ਹੈ ਆਸਟ੍ਰੇਲੀਆ ਤੋਂ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਅੱਜ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟ ਮੈਰਿਜ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਸੋ ਮੈਮ ਜਿਵੇਂ ਅੱਜ ਮੈਂ ਗੱਲ ਸਟਾਰਟਿੰਗ ਵਿੱਚ ਕੀਤੀ ਹੈ ਰਿਫਿਊਜ਼ਲ ਬਹੁਤ ਸਾਰੇ ਸਟੂਡੈਂਟਸ ਕਈ ਵਾਰੀ ਸਾਡੇ ਕੋਲ ਸਵਾਲ ਆਉਂਦੇ ਨੇ ਰਿਫਿਊਜ਼ਲ ਆ ਗਈ ਹੈ ਪਰ ਜਾਣਾ ਅਸੀਂ ਆਸਟ੍ਰੇਲੀਆ ਹੀ ਹੈ ਤਾਂ ਕਿਹੜਾ ਰਸਤਾ ਕਿਹੜਾ ਪਾਥਵੇ ਰਸਤਾ ਤੁਸੀਂ ਉਹਨਾਂ ਨੂੰ ਸੁਜੈਸਟ ਕਰਦੇ ਹੋ ਜੈਨੂਨ ਹੈ ਔਰ ਸਟੂਡੈਂਟ ਆਪਣੀ ਮਨਚਾਹੀ ਮੰਜ਼ਿਲ ਆਸਟ੍ਰੇਲੀਆ ਪਹੁੰਚ ਸਕਦਾ ਹੈ ਦੇਖੋ ਜਦ ਸਟੂਡੈਂਟ ਦਾ ਨਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਜਾਂ ਕਿਸੇ وجہ ਨਾਲ ਡਾਇਰੈਕਟ ਐਂਟਰੀ ਨਹੀਂ ਹੁੰਦੀ ਆ ਜਿਹੜਾ ਬੱਚਾ ਹੈ ਕਿਉਂਕਿ ਆਸਟ੍ਰੇਲੀਆ ਇਸ ਟਾਈਮ ਟ੍ਰੈਂਡ 'ਚ ਹੈ ਜਿਹੜਾ ਬੱਚਾ ਜਾਣਾ ਚਾਹੁੰਦਾ ਹੈ ਨਾ ਉਹਦਾ ਦਿਲ ਤਾਂ ਇੱਕ ਵਾਰੀ ਟੁੱਟਦਾ ਹੀ ਆ ਲੇਕਿਨ ਸਾਨੂੰ ਫਿਰ ਐਜ਼ ਅ ਕੰਸਲਟੈਂਟ ਨੂੰ ਰਸਤਾ ਦਿਖਾਉਣਾ ਪੈਂਦਾ ਹੈ ਕਿ ਭਈ ਤੁਸੀਂ ਇੱਦਾਂ ਨਹੀਂ ਤੇ ਯੂ ਟਰਨ ਲੈ ਕੇ ਚਲੇ ਜਾਓ ਜਾ ਸਕਦੇ ਹੋ ਮੰਨ ਲਓ 3 ਸਾਲ ਦਾ ਕੋਰਸ ਹੈ ਠੀਕ ਹੈ ਆਸਟ੍ਰੇਲੀਆ ਦੇ ਵਿੱਚ ਬੈਚਲਰ ਕਰਨੀ ਆ ਤੇ ਤੁਸੀਂ ਜਿਹੜਾ ਇੱਕ ਸਾਲ ਸਿੰਗਾਪੁਰ ਪੜ ਲਓ ਜਾਂ ਇੱਕ ਸਾਲ ਕਿਸੇ ਹੋਰ ਕੰਟਰੀ ਜਿਨ੍ਹਾਂ ਦੇ ਆਪਸ ਵਿੱਚ ਜਿੱਦਾਂ ਹੁਣ ਦੁਬਈ 'ਚ ਵੀ ਕੈਂਪਸ ਖੁੱਲੇ ਹੋਏ ਆ ਤੁਸੀਂ ਉੱਥੇ ਇੱਕ ਸਾਲ ਪੜ ਕੇ ਫਿਰ ਨੈਕਸਟ ਈਅਰ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ ਹੁਣ ਸਿੰਗਾਪੁਰ ਪੜ ਕੇ ਬੱਚੇ ਨੂੰ ਕੀ ਹੈ ਕਿ ਉੱਥੇ ਫੀਸ ਜਿਹੜੀ ਹੈ ਵੀਜ਼ੇ ਦੇ ਬਾਅਦ ਦੇਣੀ ਆ ਅਸੀਂ ਵੀਜ਼ੇ ਤੋਂ ਪਹਿਲੇ ਫੀਸ ਨਹੀਂ ਦੇਣੀ ਆ ਐਕਸਪੀਰੀਅੰਸ 6 ਸੌਰੀ ਗੈਪ 6 ਮਹੀਨੇ ਤੋਂ ਜ਼ਿਆਦਾ ਐਕਸੈਪਟ ਨਹੀਂ ਹੁੰਦਾ ਬੱਚੇ ਨੂੰ ਉਹ ਜਸਟੀਫਾਈ ਕਰਨਾ ਪਏਗਾ ਆਲਸ ਨੂੰ ਨਹੀਂ ਚਾਹੀਦੀ ਐ ਬਟ ਜਦੋਂ ਉਹਨਾਂ ਨੇ ਆਸਟ੍ਰੇਲੀਆ ਜਾਣਾ ਤਾਂ ਮੰਗ ਸਕਦੇ ਜਰੂਰੀ ਨਹੀਂ ਕਿ ਉਹ ਮੰਗਣ ਬਟ ਉਹ ਮੰਗ ਸਕਦੇ ਆ ਹੁਣ ਫੀਸ ਜਿਹੜੀ ਐ ਸਿੰਗਾਪੁਰ ਚ ਕੀ ਐ 3.5 ਲੱਖ ਤੋਂ ਲੈ ਕੇ ਫਿਰ 15000 ਡਾਲਰ ਕਿੰਨਾ ਹੋ ਗਿਆ 8 ਲੱਖ ਇਹ ਡਿਪੈਂਡ ਕਰਦਾ ਕਿ ਆਪਾਂ ਕੋਰਸ ਕਿਹੜਾ ਲੈ ਰਹੇ ਆ ਉਸ ਕੋਰਸ ਦੇ ਹਿਸਾਬ ਨਾਲ ਉੱਥੇ ਵੀ ਹਸਪਿਟੈਲਿਟੀ ਮੈਨੇਜਮੈਂਟ ਦਾ ਕੋਰਸ ਹੈ 6 ਮਹੀਨੇ ਪੜੋ ਔਰ 6 ਮਹੀਨੇ ਤੁਸੀਂ ਇੰਟਰਨਸ਼ਿਪ ਕਰੋ ਫਿਰ ਸੈਕੰਡਰੀ ਆਸਟ੍ਰੇਲੀਆ ਚਲੇ ਜਾਓ ਇਹ ਸਪਲਾਈ ਚੇਨ ਮੈਨੇਜਮੈਂਟ ਜਿਹਦੇ ਵਿੱਚ ਤੁਹਾਨੂੰ 100% ਇੰਟਰਨਸ਼ਿਪ ਮਿਲ ਰਹੀ ਹੈ ਔਰ ਸਪਲਾਈ ਚੇਨ ਮੈਨੇਜਮੈਂਟ ਇਸ ਟਾਈਮ ਸਭ ਤੋਂ ਜ਼ਿਆਦਾ ਕੋਵਿਡ ਦੇ ਬਾਅਦ ਟ੍ਰੈਂਡਿੰਗ ਕੋਰਸ ਹੈ ਕਿਉਂਕਿ ਸਭ ਤੋਂ ਜ਼ਿਆਦਾ ਕੋਵਿਡ ਚ ਕੀ ਪ੍ਰੋਬਲਮ ਆਈ ਸੀਗੀ ਕਿ ਮਟੀਰੀਅਲ ਜਿਹੜਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਣਾ ਉਹ ਬਹੁਤ ਬੜਾ ਇੱਕ ਜਿਹੜਾ ਚੈਲੰਜ ਸੀਗਾ ਉਹੀ ਜਿਹੜਾ ਸਪਲਾਈ ਚੇਨ ਚ ਕਿ ਕਿਹੜੀ ਜਗ੍ਹਾ ਪ੍ਰੋਡਿਊਸ ਹੋ ਰਿਹਾ ਐ ਐਂਡ ਕਿਹੜੀ ਜਗ੍ਹਾ ਪਹੁੰਚਣਾ ਇਹ ਚੀਜ਼ ਸਪਲਾਈ ਸਪਲਾਈ ਚੇਨ ਮੈਨੇਜਮੈਂਟ ਸਿਸਕਾਈ ਜਾਂਦੀ ਹੈ ਜਿਹੜਾ ਕਿ ਬਹੁਤ ਟ੍ਰੈਂਡਿੰਗ ਕੋਰਸ ਹੈ ਇਹ ਸਟੂਡੈਂਟਸ ਲੈ ਸਕਦੇ ਆ ਕੋਰਸਿਸ ਆਈਟੀ ਦੇ ਬਹੁਤ ਫੇਮਸ ਚੱਲਦੇ ਆ ਬਿਜ਼ਨਸ ਮੈਨੇਜਮੈਂਟ ਦੇ ਚੱਲਦੇ ਆ ਫੂਡ ਐਂਡ ਨਿਊਟ੍ਰੀਸ਼ਨ ਦੇ ਚਲਦੇ ਡਿਪੈਂਡ ਕਰਦਾ ਹੈ ਸਟੂਡੈਂਟ ਦੇ ਉੱਪਰ ਕੀ ਕੋਰਸ ਲੈਣਾ ਚਾਹੁੰਦਾ ਉਹਦਾ ਕੀ ਬਜਟ ਹੈ ਮੰਨ ਲਓ ਉਹ ਨਿਹਰਜੋਤ ਬੱਚਾ ਚਾਹੁੰਦਾ ਹੈ ਕਿ ਮੈਂ ਓਵਰਸੀਜ਼ ਐਕਸਪੀਰੀਅੰਸ ਲੈਣਾ ਪਲੱਸ 2 ਵਾਲਾ ਬੱਚਾ ਜੇ ਬਹੁਤ ਛੋਟਾ ਹੈ ਉਮਰ ਛੋਟੀ ਹੈ ਠੀਕ ਹੈ ਹੁਣ ਮਾਪੇ ਕਹਿੰਦੇ ਕਿ ਨਾ ਜਿਹੜਾ ਆਸਟ੍ਰੇਲੀਆ ਦੀ ਫੀਸਾਂ ਬਹੁਤ ਜ਼ਿਆਦਾ ਹੈ ਫਰਸਟ ইয়ার ਮੈਂ ਕਹਿੰਨੀ ਆ ਬੱਚਾ ਜਿਹੜਾ ਸਿੰਗਾਪੁਰ 5 ਘੰਟੇ ਦਾ ਰਸਤਾ ਹੈ ਫਲਾਈਟ ਜਿਹੜੀ ਹੈ ਅਜਸਟ੍ਰੇਲੀਆ ਦੀ ਆਪਾਂ ਮੰਨ ਲਈਏ 12 ਘੰਟੇ ਜਾਂ 14 ਘੰਟੇ ਦੀ ਇਹ 5 ਆਵਰ 6 ਆਵਰ ਦੀ ਫਲਾਈਟ ਹੈ ਠੀਕ ਹੈ ਬੱਚਾ ਘਰ ਦੇ ਨੇੜੇ ਹੈ ਸਾਲ ਪੜ ਲਿਆ ਓਵਰ ਸੀਜ਼ ਐਕਸਪੀਰੀਅੰਸ ਹੋ ਗਿਆ 6 ਮਹੀਨੇ ਪੜ ਲਿਆ 6 ਮਹੀਨੇ ਕੰਮ ਵੀ ਕਰ ਲਿਆ ਉਹਨੂੰ ਬਾਹਰ ਐਂਡ ਦਾ ਵੀ ਤਰੀਕਾ ਆ ਗਿਆ ਨੈਕਸਟ ਈਅਰ ਉਹ ਆਸਟ੍ਰੇਲੀਆ ਆਪਣੀ ਟਰਾਂਸਫਰ ਲੈ ਸਕਦਾ ਇਹ ਕਿ ਬਹੁਤ ਵਧੀਆ ਮਾਧਿਅਮ ਹੋ ਸਕਦਾ ਹੈ ਯਾ ਜਿਨ੍ਹਾਂ ਬੱਚਿਆਂ ਦੀ ਰਿਜੈਕਸ਼ਨ ਹੋ ਗਈ ਉਹਨਾਂ ਨੂੰ ਡਿਸਐਪਾਇੰਟ ਹੋਣ ਦਾ ਕੋਈ ਹੁਣ ਟੈਨਸ਼ਨ ਨਹੀਂ ਹੈ ਉਹ ਫਸਟ ਈਅਰ ਦੁਬਈ ਜਾਂ ਸਿੰਗਾਪੁਰ ਚ ਆਪਣਾ ਕੋਰਸ ਕੰਪਲੀਟ ਕਰਕੇ ਨੈਕਸਟ ਇਅਰ ਜਾ ਸਕਦੇ ਠੀਕ ਹੈ ਬਿਲਕੁਲ ਸੋ ਮੈਨੂੰ ਉਮੀਦ ਹੈ ਕਿ ਸਟੂਡੈਂਟਸ ਬਿਲਕੁਲ ਇਹ ਚੀਜ਼ਾਂ ਸਮਝ ਚੁੱਕੇ ਨੇ ਪਰ ਕਈ ਵਾਰੀ ਹੁੰਦਾ ਹੈ ਫਸਟ ਟਾਈਮ ਜੋ ਹੈ ਗੱਲਾਂ ਸੁਣੇ ਤੇ ਸਮਝ ਨਹੀਂ ਆਂਦਾ ਤਾਂ ਤੁਸੀਂ ਉਸ ਦੇ ਲਈ ਜਿਹੜਾ ਨੰਬਰ ਡਿਸਪਲੇਸ ਉੱਪਰ ਕਾਲ ਕਰਕੇ ਜ਼ਰੂਰ ਡਿਟੇਲ ਵਿੱਚ ਜਾਣਕਾਰੀ ਲੈ ਸਕਦੇ ਹੋ ਮੈਮ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਗੈਪ ਮਿਨੀਮਮ 6 ਮਨთ ਦਾ ਔਰ ਉਹ ਵੀ ਆਪਾਂ ਜਸਟੀਫਾਈ ਜਸਟੀਫਾਈ ਮੰਨ ਲਓ ਕੋਈ ਬੱਚਾ ਕਿਧਰੇ ਸੇਲਸ ਦਾ ਕੰਮ ਕਰ ਰਿਹਾ ਹੈ ਕੋਈ ਵੀ ਕੰਮ ਕਰ ਰਿਹਾ ਹੈ ਪਲੱਸ 2 ਦੇ ਬਾਅਦ ਮੰਨ ਲਓ ਕਰਦੇ ਹਾਲਾਤ ਨਹੀਂ ਬਣੇ 2 ਸਾਲ ਬੱਚਾ ਨਹੀਂ ਜਾ ਸਕਿਆ ਜਾਂ 4 ਸਾਲ ਨਹੀਂ ਜਾ ਸਕਿਆ ਉਹਨ ਪੜ੍ਹਾਈ ਕੰਟੀਨਿਊ ਕਰਨਾ ਚਾਹੁੰਦਾ ਹੈ ਤੇ ਉਹ ਜੋ ਵੀ ਜੌਬ ਕਰ ਰਿਹਾ ਸੀ ਉਹਦੇ ਪੇਪਰ ਦੇ ਦੇ ਜਸਟੀਫਾਈ ਕਰਨਾ ਦੈਟਸ ਆਲ ਕੋਈ ਅਸੀਂ ਬਹੁਤ ਲੰਬੀ ਚੌੜੀ ਰਿਕੁਆਇਰਮੈਂਟ ਨਹੀਂ ਕਰ ਰਹੇ ਔਰ ਸਿੰਗਾਪੁਰ ਚ ਫੀਸ ਵੀ ਪਹਿਲੇ ਨਹੀਂ ਜਾਂਦੀ ਹੈ ਵੀਜ਼ੇ ਦੇ ਬਾਅਦ ਜਾਂਦੀ ਹੈ ਇਸ ਕਰਕੇ ਕੋਈ ਟੈਨਸ਼ਨ ਨਹੀਂ ਹਰ ਕੰਟਰੀ ਚ ਤੁਸੀਂ ਇਹ ਦੇਖੋ ਫੀਸਾਂ ਪਹਿਲੇ ਜਾਣੀ ਆ ਕੈਨੇਡਾ ਚ ਜੀਆਈਸੀ ਪਹਿਲੇ ਜਾਣੀ ਹੈ ਨਾ ਤੇ ਉਹ ਸਟੂਡੈਂਟ ਨੂੰ ਆਉਂਦਾ ਕਿ 1% ਵੀਜ਼ਾ ਨਹੀਂ ਆਉਂਦਾ ਤੇ ਡਾਲਰ ਐਕਸਚੇਂਜ ਦਾ ਬਹੁਤ ਨੁਕਸਾਨ ਹੁੰਦਾ ਇਹਦੇ ਵਿੱਚ ਉਹ ਵੀ ਕੋਈ ਟੈਨਸ਼ਨ ਨਹੀਂ ਜੀ ਠੀਕ ਹੈ ਬਿਲਕੁਲ ਮੇਰੇ ਖਿਆਲ ਨਾਲ ਜੋ ਬਹੁਤ ਡਿਟੇਲਸ ਆਪਾਂ ਵੀਡੀਓ ਚ ਦੱਸਦੇ ਆ ਸਟੂਡੈਂਟਸ ਨੂੰ ਉਹਦੇ ਬਾਅਦ ਇੰਨਾ ਜਿਆਦਾ ਕੋਈ ਟੈਨਸ਼ਨ ਨਹੀਂ ਹੁੰਦਾ ਕਿ ਹਰ ਵੀਡੀਓ ਚ ਆਪਾਂ ਕੱਲੀ-ਕੱਲੀ ਚੀਜ਼ ਲੈ ਕੇ ਬਹੁਤ ਡਿਟੇਲ ਜਿਹਨਾਂ ਨੂੰ ਐਕਸਪਲੇਨ ਕਰਦੇ ਆ ਮੇਰੇ ਖਿਆਲ ਹਰ ਸਟੂਡੈਂਟ ਜੇ ਵੀਡੀਓ ਆਰਾਮ ਨਾਲ ਦੇਖੇ ਸਮਝੇ ਫਿਰ ਫੋਨ ਕਰੇ ਤੇ ਉਹਨਾਂ ਨੂੰ ਮੇਰੇ ਖਿਆਲ 90% ਆਪਣੇ ਕੁਐਸਚਨਸ ਦੇ ਆਨਸਰ ਮਿਲ ਜਾਂਦੇ ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ ਮੈਮ ਕਿ ਬੜੀ ਡਿਟੇਲ ਵਿੱਚ ਤੁਸੀਂ ਹਰ ਗੱਲ ਸਮਝਾਈ ਹੁੰਦੀ ਹੈ ਸੋ ਇੱਥੇ ਆਪਾਂ ਇਸੇ ਲਈ ਖਾਸਔਰ ਤੇ ਜਿਹੜੇ ਸਟੂਡੈਂਟਸ ਰਿਫਿਊਜ਼ਲ ਫੇਸ ਕਰ ਚੁੱਕੇ ਨੇ ਉਹਨਾਂ ਲਈ ਇਹ ਜੈਨੂਇਨ ਰਸਤਾ ਹੈ ਕਿਵੇਂ ਤੁਸੀਂ ਸਿੰਗਾਪੁਰ ਪਾਥਵੇ ਪ੍ਰੋਗਰਾਮ ਦੇ ਜ਼ਰੀਏ ਆਸਟ੍ਰੇਲੀਆ ਪਹੁੰਚ ਸਕਦੇ ਹੋ ਪਰ ਟਾਈਮਲੀ ਉਹਦੇ ਲਈ ਅਪਲਾਈ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਗੈਪ ਜ਼ਿਆਦਾ ਹੋ ਜਾਏ ਤਾਂ ਇੱਥੇ ਵੀ ਤੁਹਾਨੂੰ ਮੁਸ਼ਕਲ ਹੋ ਸਕਦਾ ਹੈ ਸੋ ਸਮੇਂ ਦੀ ਨਜ਼ਾਕਤ ਨੂੰ ਵੀ ਸਮਝਣਾ ਇੱਥੇ ਸਟੂਡੈਂਟਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਈ ਵਾਰੀ ਸਟੂਡੈਂਟ ਡਿਸੀਜਨ ਲੈਣ ਦੇ ਵਿੱਚ ਇੰਨੀ ਦੇਰੀ ਕਰ ਦਿੰਦੇ ਨੇ ਕਿ ਬਾਅਦ ਵਿੱਚ ਚੀਜ਼ਾਂ ਨੂੰ ਮੈਨੇਜ ਕਰਨਾ ਕੰਸਲਟੈਂਟ ਲਈ ਵੀ ਥੋੜਾ ਮੁਸ਼ਕਲ ਨਜ਼ਰ ਆਉਂਦਾ ਸੋ ਮੈਂ ਆਪਾਂ ਫਿਲਹਾਲ ਜਿਵੇਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ ਜਿਹੜੇ ਸਟੂਡੈਂਟਸ ਕਮਿੰਗ ਇਨਟੇਕਸ ਬਾਰੇ ਜਾਣਨਾ ਚਾਹ ਰਹੇ ਨੇ ਕਿ ਕਦੋਂ ਔਰ ਕਿੰਨੀ ਤਿਆਰੀ ਦੇ ਨਾਲ ਕਦੋਂ ਤੱਕ ਉਹ ਜ਼ਰੂਰ ਅਪਲਾਈ ਕਰ ਦੇਣ ਪੂਰਾ ਹੋਵੇ ਤੇ ਆਪਣਾ ਵੀਜ਼ਾ ਹਾਸਲ ਕਰ ਸਕਣ ਤੁਸੀਂ ਜੇ ਆਸਟ੍ਰੇਲੀਆ ਦੀ ਗੱਲ ਕਰ ਰਹੇ ਹੋ ਜਿਹੜੇ ਡਾਇਰੈਕਟ ਬੱਚਿਆਂ ਨੇ ਅਪਲਾਈ ਕਰਨਾ ਤੇ ਜਨ ਫੈਬ ਦਾ ਇਨਟੇਕ ਹੈ ਰਾਈਟ ਔਰ ਜੇ ਸਿੰਗਾਪੁਰ ਦੀ ਕਰ ਰਹੇ ਪਾਥਵੇ ਵਾਲੀ ਉਹ ਵੀ ਜਨ ਫੈਬ ਦਾ ਇਹੀ ਹੁਣ ਇਨਟੇਕ ਮਿਲੇਗਾ ਇਹੀ ਇਨਟੇਕ ਹੈ ਕਿਉਂਕਿ ਨਵੰਬਰ ਤੇ ਆਲਰੇਡੀ ਸਾਡਾ ਆਲਮੋਸਟ ਜਾ ਚੁੱਕਿਆ ਹੈ ਹਾਂ ਆਸਟ੍ਰੇਲੀਆ ਵਾਸਤੇ ਹਜੇ ਵੀ 22 ਪਾਸ ਆਊਟ ਕੋਈ ਸਟੂਡੈਂਟ ਹੈ ਤੇ ਉਹ ਕਾਲਜ ਦੇ ਵਿੱਚ ਇਮੀਡੀਏਟ ਅਪਲਾਈ ਕਰ ਸਕਦਾ ਹੈ ਬਹੁਤ ਟਾਈਮ ਨਹੀਂ ਬਚਿਆ ਹੁਣ ਮੇਰੇ ਖਿਆਲ 2 4 5 ਦਿਨ ਹੋਰ ਲਵਾਂਗੇ ਅਪਲੀਕੇਸ਼ਨ ਉਹਦੇ ਬਾਅਦ ਆਲਮੋਸਟ ਖਤਮ ਐ ਸਾਡਾ चलो ठीक है सो टाइमली तो डिसीजन लो असी इसलिए एक अपडेट लैके सही इंफॉरमे लैके सामने हाजिर ताकि स्टूडेंट हमेशा टाइम टू टाइम अपडेट होंगे रहन तो मैम बहुत बहुत थैंक्स अपने तजर्बे वो खास गल् हमेशा इन भीडियोज़ के जरिए स्टूडेंट्स गाइड कर दौ फिर भी स्टूडेंट्स का कोई सवाल है एडमिशन लैके या फिर तू समझ नहीं आ रहा थोड़ी तो प्रोफाइल अकॉर्डिंगलीर्सिज uh, सिलेक्शनी चाहिए कि यूनिवर्सिटी अपलाई करना तो जरूर तुम विजिट भी कर सद नैविगेटर्स ओवरसीज ऐफिस अपनी डॉ ਡਾਕੂਮੈਂਟਸ ਰੂ ਲੈ ਕੇ ਆਓ ਤਾਂ ਕਿ ਅਸੈਸਮੈਂਟ ਕਰਕੇ ਸਹੀ ਚੀਜ਼ਾਂ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ ਆਪਣੇ ਸਵਾਲ ਤੁਸੀਂ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਜ਼ਰੀਏ ਵੀ ਸ਼ੇਅਰ ਕਰ ਸਕਦੇ ਹੋ ਤੇ ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ